ਬੇਬੇ ਕੀ ਤਨ ਲੱਗੀ ਅੱਜ ਤੇਰੀ ਮਾਂ ਦਾ ਸਿਰ ਬੇਬੇ ਕਦੀ ਤਾਂ ਮੇਰੇ ਨਾਲ ਪਿਆਰ ਨਾਲ ਬੋਲਿਆ ਕਰ ਜਦ ਵੀ ਮੈਂ ਤੈਨੂੰ ਬੁਲਾਵਾਂ ਮੈਨੂੰ ਇਦਾਂ ਹੀ ਟੁੱਟ ਕੇ ਪੈਂਦੀ ਆ ਤੂੰ ਚਲ ਜਾ ਅੰਦਰ ਵੱਖੀ ਚ ਮੁੱਕੀ ਮਾਰ ਕੇ ਨਾ ਤੇ ਨਾਲ ਮੈਂ ਧਰਨ ਪਾ ਦੂੰਗੀ ਇਦਾਂ ਹੀ ਤੂੰ ਬਾਪੂ ਨਾਲ ਬੋਲਦੀ ਸੀਗੀ ਇਦਾਂ ਹੀ ਹੁਣ ਤੂੰ ਮੇਰੇ ਨਾਲ ਬੋਲਣ ਲੱਗ ਪਈ ਆ ਮੈਂ ਚੱਲਾਂ ਅੰਦਰ ਟੀਵੀ ਦੇਖਣ ਜਾ ਕੇ ਵੇਖ ਲੈ ਧਰਮਿੰਦਰ ਦੀ ਫਿਲਮ ਤਾਂ ਟੀਵੀ ਦਾ ਸ਼ਕੀਨ ਬਣਿਆ थोड़ी कटा तू भी अपनी चुंज बंद रख है हाँ बच्चे नु कितना रौला पाउंदे कितना अंदर चल जा अंदर चल जा हमेशा लड़दी रहनी आ है तू सर दिहाड़ी तू वारा करदी आ करदा तू मैनूं लै के बह गया वा कर थले रख दे मैं दसा आ लै ਹੁਣ ਕੀ ਕਰ ਲੇਗਾ ਤੂੰ ਕੀ ਕਰ ਲੇਗੀ ਵੇ ਮੈਂ ਜਦੋਂ ਦੀ ਤੇਰੇ ਨਾਲ ਵਿਆਹੀ ਆਈ ਨਾ ਹਾਂ ਇੱਕ ਦਿਨ ਮੈਂ ਸੁਖ ਨਹੀਂ ਪਾ ਕੇ ਵੇਖਿਆ ਮੈਂ ਜਦੋਂ ਨਾ ਤੇਰੇ ਨਾਲ ਵਿਆਹ ਹੈ ਨਾ ਮੈਂ ਕਹਿੰਦਾ ਮੈਂ ਕਦੀ ਖੁਸ਼ ਦੀ ਜ਼ਿੰਦਗੀ ਵੇਖੀ ਨਹੀਂ ਲੈ ਜੇ ਤੂੰ ਨਹੀਂ ਵੇਖੀ ਤੇ ਮੈਂ ਕਿਹੜੀ ਸੁਖ ਦੀ ਵੇਖੀ ਆ ਤੇ ਮੈਂ ਕਹਿੰਦਾ ਘੱਗਰਾ ਪਾ ਕੇ ਨੱਚਣ ਦਈ ਆ ਮੇਰੇ ਵਿੱਚ ਆ ਸੜ ਕੇ ਤੇ ਕੀ ਆ ਹੈ ਤੇ ਕੀ ਆ ਫਿਰ ਠਾਂ ਹੋ ਕੇ ਗੱਲ ਕਰ ਇੰਨਾ ਆਕਮ ਨਾ ਟਾਲੇ ਨਾਗ ਵਾਂਗ ਹੈ ਮੌਤ ਪੈਣਾ ਸ਼ਰਮ ਕਰ ਜਦ ਮੈਂ ਵਿਆਹੀ ਆਈ ਨਾ ਤੇ 10 ਦਿਨ ਨਹੀਂ ਪਾਏ ਤੇ ਆਪਣੀ ਬੂਰੀ ਮੱਝ ਦੀ ਕੱਟੀ ਮਰ ਗਈ ਸੀ ਫਿਰ 10 ਦਿਨ ਨਾ ਪਾਏ ਮਹੀਨਾ ਨਾ ਪਿਆ ਤੇ ਮੇਰਾ ਸੁੱਖ ਨਾਲ ਮੇਰਾ ਸਹੁਰਾ ਮਰ ਗਿਆ ਫਿਰ 2-4 ਮਹੀਨੇ ਨਾ ਪਾਏ ਤੇ ਪਤਿਹਰਾ ਮਰ ਗਿਆ ਹੈ ਤੇ ਮੈਂ ਤਾਂ ਦੁਖੀ ਹੋ ਗਈ ਹੈ ਘਰ ਦੇ ਵਿੱਚ ਆ ਕੇ ਨਹੀਂ ਗਾਸਾ ਮੇਰੀ ਜਿੱਦਣ ਤੇ ਤੂੰ ਮੇਰੇ ਨਾਲ ਵਿਆਹੀ ਆ ਆ ਸਾਲੇ ਇੱਧਰ ਮਰਨੇ ਉੱਧਰ ਕਿਉਂ ਨਹੀਂ ਮਰਦੇ ਹੈ ਇਹ ਤੁਹਾਡੇ ਲਬਨੇ ਮਰਦੇ ਆ ਸਾਡੇ ਲਈ ਬੰਦੇ ਨਹੀਂ ਮਰਦੇ ਜਿੱਦਣ ਦੀ ਤੂੰ ਮੇਰੇ ਨਾਲ ਵਿਆਹੀ ਨਾ ਮੇਰੇ ਤਾਂ ਸਾਲੇ ਅਰਮਾਨ ਹੀ ਮਰ ਗਏ ਆ ਤੇਰੇ ਤੇਰੇ ਕਿਹੜੇ ਅਰਮਾਨ ਹੈਗੇ ਸੀ ਵੇ ਚੁੱਡਵਾ ਤੇਰੇ ਕਿਹੜੇ ਅਰਮਾਨ ਹੈਗੇ ਸੀ ਚੁੱਟਰ ਲਾ ਲਾ ਤੇਰਾ ਖਬਰਦਾਰ ਜਿਹੜੇ ਜੁੱਤੀ ਮੈਨੂੰ ਵਿਖਾਈ ਤੇ ਜੁੱਤੀ ਵਾ ਮੈਂ ਮਾਰ ਵੀ ਦੇਣੀ ਹੂੰ ਕੀ ਮਾਰੇਗਾ ਕੀ ਇਹਨੂੰ ਕੀ ਮਾਰੇਗਾ ਕੀ ਆ ਇੱਕ ਤੂੰ ਚੀਜ਼ ਕੀ ਆ ਤੂੰ ਚੀਜ਼ ਕੀ ਆ ਕੀ ਚੀਜ਼ ਆ ਤੂੰ ਚੀਜ਼ ਕੀ ਆ ਠਾ ਕਰ ਤਲਾ ਪਲਾ ਹਵਾ ਆ ਆ ਗਏ ਆ ਤੁਹਾਡੇ ਘਰ ਤੁਹਾਡੇ ਗ੍ਰਹਿ ਵਿਖੇ ਆ ਲਾ ਭਾਈ ला पकता ना था तेरे दरते हां बीबी एक चाह दा बाटा प्या नाल गफा सका बाबा जरूर पियोनी है हां मैं कहना तोडे घर खुशियां रहन शांति आवे मैं तेना शांति केड़ी यार रिश्ता रुश्ता करा चंगी कुड़ी मैं तेरे पीन मारनी मैं तेरे मैं ओ शांति दी गल नहीं करदा मैं कहना घर च खुशियां आ जेड़ी तोडे घरां दे विच रौले रप्पे रहंदे ना रहन शांति रवे बस अन्ने शांति होंदा नहीं आ या फिर 100 दा नोट कढ 100 रुपया ਬਾਬੇ ਨੇ ਕੁਝ ਖਾਣਾ ਪੀਣਾ ਹੁੰਦਾ ਰੱਬ ਕਰੇ ਤੁਹਾਡੀ ਜੋੜੀ 7 ਜਨਮਾਂ ਤੱਕ ਇਦਾਂ ਹੀ ਹੱਸਦੀ ਖੇਡਦੀ ਰਵੇ ਠੀਕ ਹੈ 7 ਜਨਮਾਂ ਤੱਕ ਤੁਹਾਡੀ ਜੋੜੀ ਬਣੀ ਰਵੇ ਮੈਂ ਬਾਹਰੇ ਜਾਵਾਂ ਉਹ ਚੱਲੋ ਬਾਬਾ ਇੱਥੋਂ ਤੱਕ ਤਿੱਤਰ ਹੋ ਹਾਂ 7 ਜਨਮਾਂ ਤੱਕ ਐਸ ਜਨਮ ਵਿੱਚ ਬੜੀ ਭਾਰੀ ਮਿਲਦੇ ਤਿੱਤਰ ਹੋ ਛੋ ਆ ਭਗਤਾ ਤੋ ਨਾਥਾਂ ਦੀ ਪੂਰੀ ਗੱਲ ਨਹੀਂ ਸਮਝਿਆ ਹਾਂ ਉਹ ਤੂੰ ਨਾਥਾਂ ਦੀ ਪੂਰੀ ਗੱਲ ਹੀ ਨਹੀਂ ਸੁਣੀ ਕੀ ਉਹ ਮੇਰੇ ਕਹਿਣ ਦਾ ਮਤਲਬ ਹੈ ਜਿਹੜਾ 7ਵਾਂ ਜਨਮ ਹੈ ਸਮਝ ਲਾ ਉਹ ਇਹੀ ਆਖਰੀ ਆ ਬਾਬਾ ਦਿਲ ਖੁਸ਼ ਕੀਤਾ ਜੀ ਆ ਸਾਰੇ ਚੱਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਉਪਾਸਨਾ ਸਿੰਘ ਚਾਚਾ ਵਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਵਿਸ਼ਨਾ ਦੀ ਕਾਮੇਡੀ